ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਇੱਕ ਹੋਰ ਵਧੀਆ ਜਿਹਾ ਵਲੋਗ ਤੁਹਾਡਾ ਆਪਣਾ ਚੈਨਲ ਮਿਸਟਰ ਮਿਸਿਸ ਰਿਹਲ। ਸੋ ਅੱਜ ਹੈਗਾ ਆ ਸੰਡੇ ਅਤੇ ਬਿਲਕੁਲ ਆਰਾਮ ਨਾਲ ਉੱਠੇ। ਤੁਹਾਨੂੰ ਪਤਾ ਸਾਢੇ ਦਸ ਦਸ ਪੈਂਤੀ ਇੱਦਾਂ ਹੋ ਰਿਹਾ, ਸਾਰੇ ਸੁੱਤੇ ਹੋਏ ਆ। ਮੈਨੂੰ ਉੱਠੇ ਨੂੰ ਤਾਂ ਘੰਟਾ ਹੋ ਗਿਆ, ਲੇਕਿਨ ਮੈਂ ਉਹ ਕੰਬਲ 'ਚ ਸੀਗੀ ਵੀ ਠੰਡ ਬਹੁਤ ਸੀ, ਬਾਹਰ ਨਿਕਲਣ ਦਾ ਮਨ ਨਹੀਂ ਸੀ ਰਿਹਾ। ਮੈਂ ਐਡੀਟਿੰਗ ਵਗੈਰਾ ਕੀਤੀ, ਸੋ ਹੁਣ ਫਾਈਨਲੀ 10:30 ਵਜੇ ਮੈਂ ਵੀ ਆ ਬਾਹਰ ਬੈਠਾ ਜਾ। ਦੇਖੋ ਸਾਰੇ ਸੁੱਤੇ ਹੋਏ, ਸੰਡੇ ਆ, ਸੰਡੇ ਦਾ ਨਜ਼ਾਰਾ ਲੈ ਰਿਹਾ, ਇੰਜੋਏ ਕਰ ਰਹੇ ਨੇ ਸੰਡੇ ਸਾਰੇ। ਅਤੇ ਮੈਂ ਹੁਣ ਇੱਥੇ ਬਣਾ ਰਹੀ ਸੀਗੀ ਮੋਰਨਿੰਗ ਟੀ। ਮੈਂ ਕਿਹਾ ਇੱਕ ਵਾਰੀ ਮੈਂ ਚਾਹ ਬਣਾ ਲਾ, ਹੈ ਨਾ। ਮਨਜੀਤ ਨੂੰ ਪੁੱਛ ਗਈ ਸੀ ਪੀਓਗੇ, ਕਹਿੰਦੇ ਮੈਂ ਪੀਵਾਂਗਾ। ਮੈਂ ਕਿਹਾ ਚਾਹ ਬਣਾ ਕੇ ਫਿਰ ਮੈਂ ਮੰਮੀ ਨੂੰ ਖਾਣੀ, ਹੈ ਨਾ। ਅਤੇ ਮੈਂ ਸੋਚ ਰਹੀ ਹੁਣ ਦੁੱਧ ਵਾਲੇ ਪਤੀਲੇ 'ਚ ਇਹਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ, ਵਧੀਆ ਬਣ ਜਾਵੇ, ਹੈ ਨਾ। ਮੈਨੂੰ ਸਗੋਂ ਵਧੀਆ ਲੱਗਦੀ ਦੁੱਧ ਵਾਲੇ ਪਤੀਲੇ ਚਾਹ ਬਣਾ ਲਓ ਨਾ, ਉਹ ਮਲਾਈ ਮਲਾਈ ਦਾ ਥੋੜ੍ਹਾ ਜਿਹਾ ਟੇਸਟ ਆ ਜਾਂਦਾ, ਮਜ਼ੇਦਾਰ, ਹੈ ਨਾ। ਥੋੜ੍ਹਾ ਜਿਹਾ ਦੁੱਧ ਪਾ ਦਿੰਦੇ ਹਾਂ ਹੋਰ, ਕਿਉਂਕਿ ਸਾਡੇ ਘਰ ਜ਼ਿਆਦਾ ਦੁੱਧ ਵਾਲੀ ਚਾਹ ਪੀਂਦੇ, ਸਾਰੇ ਘੱਟ ਦੁੱਧ ਵਾਲੀ ਚਾਹ ਨਹੀਂ ਪੀਂਦੇ। ਆਪਣਾ ਕੀ ਕਹਿੰਦੇ ਆ, ਮੈਂ ਰਾਤੀ ਆਲੂ ਬੋਇਲ ਕੀਤੇ ਸੀ, ਕੱਢ ਲਏ ਹੈਗੇ ਆਲੂ, ਛਿੱਲਾਂਗੇ, ਮੱਖਣ ਵੀ ਬਾਹਰ ਕੱਢ ਲਿਆ। ਅਤੇ ਅੱਜ ਮੈਂ ਬਹੁਤ ਸਾਰੇ ਕੰਮ ਕਰਨੇ ਆ, ਕੱਪੜਿਆਂ ਦਾ ਕੰਮ ਵੀ ਕਰਨਾ ਹੈ ਅੱਜ ਮੈਂ ਆਪਣਾ। ਮੈਨੂੰ ਲੱਗਦਾ ਨਹੀਂ ਆ ਸੰਡੇ ਆਪਾਂ ਕਿਤੇ ਚਾਹ ਪਾਵਾਂਗੇ, ਕਿਉਂਕਿ ਜਿਹਨੇ ਵੀ ਜੋ ਹੈ ਆਪਣਾ ਸਟੋਰ 'ਤੇ ਜਾਣਾ, ਉਹਨਾਂ ਨੂੰ ਵੀ ਕੰਮ ਹੈਗਾ, ਹੈ ਨਾ। ਸੋ ਦੇਖੋ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ। ਸੰਡੇ ਆ ਮੇਰਾ, ਅੱਜ ਕਿਤੇ ਘੁੰਮਣ ਜਾਣ ਦਾ ਮਨ ਨਹੀਂ ਹੈਗਾ, ਅੱਜ ਮੇਰਾ ਗੁਰਦੁਆਰਾ ਸਾਹਿਬ ਜਾਣ ਦਾ ਮਨ ਆ। ਸਾਨੂੰ ਬਹੁਤ ਟਾਈਮ ਹੋ ਗਿਆ, ਪਤਾ ਨਹੀਂ ਕਹਿੰਦੇ ਨਾ ਰੋਕ ਜੀ ਲੱਗ ਗਈ ਆ, ਕੀ ਹੋ ਗਿਆ, ਆਪਾਂ ਸਮਸਤਪੁਰ ਨਹੀਂ ਜਾ ਪਾ ਰਹੇ। ਸੋ ਅੱਜ ਮੇਰਾ ਮਨ ਨਾ ਸਮਸਤਪੁਰ ਜਾਂਦਾ ਕਿ ਭਾਵੇਂ ਸ਼ਾਮੀ ਜਾਈਏ, ਜਦੋਂ ਵੀ ਜੀਤ ਫਿਰੋਗੇ, ਸਮਸਤਪੁਰ ਜ਼ਰੂਰ ਆਪਾਂ ਅੱਜ ਮੱਥਾ ਟੇਕ ਕੇ ਆਈਏ ਗੁਰਦੁਆਰਾ ਸਾਹਿਬ। ਸੋ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਜਾਈਏ। ਬਾਕੀ ਹੁਣ ਮੈਂ ਹਜੇ ਬਰੱਸ਼ ਕਰਨਾ ਆ, ਚਾਹ ਬਣਦੀ ਪੀ, ਸੋ ਜਦੋਂ ਤੱਕ ਚਾਹ ਬਣਦੀ ਆਪਾਂ ਬਰੱਸ਼ ਕਰਦੇ ਹਾਂ, ਚਾਹ ਬਣ ਜਾਏ ਅਤੇ ਮੈਂ ਮੰਮੀ ਨੂੰ ਵੀ ਪੁੱਛਾਂਗੀ, ਮੰਮੀ ਪੀਣੀ ਆ ਅਤੇ ਆ ਜਾਓ ਬਾਅਦ ਚਾਹ ਪੀਂਦੇ ਹਾਂ। ਬਾਕੀ ਸਾਰੇ ਹਜੇ ਮਸਤ ਕੈਂਟ ਸੁੱਤੇ ਹੋਏ ਆ ਬਈ। ਘਰ ਦੇ ਸਾਰੇ ਲੋਕ ਉੱਠ ਚੁੱਕੇ ਨੇ, ਆਪਾਂ ਚਾਹ ਪੀ ਚੁੱਕੇ ਹਾਂ। ਮੈਂ ਚਾਹ ਜਦੋਂ ਬਣ ਗਈ, ਸਾਰਿਆਂ ਨੂੰ ਕਿਹਾ ਕਿ ਆ ਜਾਓ ਚਾਹ ਪੀ ਲਓ। ਅਤੇ ਅਰਜੀ ਗਿਆ ਥੱਲੇ, ਥੱਲੇ ਗੱਡੀ ਆਈ ਆ। ਅਤੇ ਉਸ ਤੋਂ ਬਾਅਦ ਹੁਣ ਪਾਪਾ ਦੇਖੋ ਮੰਮੀ ਦੇ ਲਾਉਣ ਲੱਗਿਆ ਟੀਕਾ, ਕਿਉਂਕਿ ਪਾਪਾ ਨੂੰ ਟੀਕਾ ਲਗਾਉਣਾ ਆਉਂਦਾ ਅਤੇ ਜਿੱਥੋਂ ਮੰਮੀ ਦੀ ਫਿਜ਼ੀਓਥੈਰੇਪੀ ਚੱਲ ਰਹੀ ਉੱਥੇ ਰੋਜ਼ ਇੱਕ ਦਿਨ ਛੱਡ ਕੇ ਇੱਕ ਟੀਕਾ ਲੱਗਦਾ ਆ ਮੰਮੀ ਨੂੰ। ਸੋ ਪਿਛਲੀ ਵਾਰ ਵੀ ਪਾਪਾ ਨੇ ਲਾਇਆ ਸੀ, ਅੱਜ ਵੀ ਪਾਪਾ ਟੀਕਾ ਲਾਉਣ ਲੱਗਿਆ ਮੰਮੀ ਦੇ। ਛੋਈ ਦਾਦੀ 'ਤੇ ਲੱਗੇਗੀ ਛੋਈ, ਉਹਦੇ ਉਹਦੇ ਭਰ ਕੇ ਲਿਆਏ। ਡਾਕਟਰ ਸਾਹਿਬ ਆਏ ਨੂੰ ਸਾਡੇ ਘਰ, ਡਾਕਟਰ ਸਾਹਿਬ ਨਹੀਂ ਹੈ ਦਾਦੀ, ਡਾਕਟਰ ਸਾਹਿਬ ਹੈ ਡਾਕਟਰ ਲੱਕੀ, ਡਾਕਟਰ ਲੱਕੀ ਆਏ, ਡਾਕਟਰ ਲੱਕੀ ਆਏ, ਡਾਕਟਰ ਲੱਕੀ, ਲੱਕੀ ਭਾਜੀ, ਚਾਚੀ ਭਾਜੀ, ਡਾਕਟਰ ਚਾਚੀ ਭਾਜੀ, ਛੁਈ ਲਾਏਂਗੇ ਦਾਦੀ ਕੇ। ਇੱਧਰ ਦੇਖੋ ਡਾਕਟਰ ਸਾਹਿਬ ਆਏ ਨੇ, ਇਹ ਐਕਸਟਰਾ ਮਾਲ ਕੱਢਤਾ, ਚੱਲੇ ਸੂਈ ਲਾਣ, ਹਵਾ ਕੱਢਤੀ, ਚੱਲੇ ਸੂਈ ਲਾਣ, ਚਲੋ ਜੀ ਆਪਾਂ ਹੁਣ ਚੱਕਦੇ ਹਾਂ ਭਾਂਡੇ ਟਿੰਡੇ। ਸਾਰਿਆਂ ਨੇ ਹਜੇ ਥੋੜ੍ਹਾ ਥੋੜ੍ਹਾ ਖਾਧਾ, ਮਤਲਬ ਜਿੱਦਾਂ ਪਾਲਕ ਪਨੀਰ ਰੋਟੀਆਂ ਪਈਆਂ ਸੀ, ਹੈ ਨਾ, ਥੋੜ੍ਹੀ ਇੱਕ ਇੱਕ ਦੋ ਦੋ ਖਾ ਲਈ, ਕਿਉਂਕਿ ਜੀਤ ਨੇ ਵੀ ਕੰਮ 'ਤੇ ਜਾਣਾ ਅਤੇ ਮੈਨੂੰ ਕਹਿੰਦੇ ਮੈਂ ਨਿਕਲ ਆਇਆ। ਮੈਂ ਕਿਹਾ ਫਿਰ ਤੁਸੀਂ ਚਾਹ ਨਾਲ ਕੁਛ ਖਾ ਜਾਓ, ਰੋਟੀ ਪਾਲਕ ਪਨੀਰ ਨਾਲ, ਆਲੂ ਨਾਲ, ਪੂਰੀਆਂ ਵੀ ਪਈਆਂ ਸੀ ਉਹ ਵੀ ਮੈਂ ਗਰਮ ਕਰਤੀਆਂ, ਉਹ ਸੀ ਥੋੜ੍ਹੀ ਥੋੜ੍ਹੀ ਖਾ ਲਈਆਂ। ਅਤੇ ਹੁਣ ਆਲੂ ਇੱਦਾਂ ਕਰਦੀਆਂ ਛਿੱਲ ਕੇ ਜੋ ਹੈ ਜੋ ਉਹਨੂੰ ਕੀ ਕਹਿੰਦੇ ਆ, ਛਿੱਲ ਕੇ ਫੇਰ ਕੇ ਮਤਲਬ ਪੂਰਾ ਬੈਟਰ ਬਣਾ ਕੇ ਉਹਨੂੰ ਰੱਖ ਲੈਂਦੇ ਹਾਂ। ਮਸਾਲੇ ਮਸੂਲੇ ਨਹੀਂ ਪਾਉਂਗੀ ਹਜੇ, ਤਦ ਤੱਕ ਮੈਂ ਆਪਣੇ ਦੂਜੇ ਦੇ ਕੰਮ ਨਿਬੇੜਦੀ ਹਾਂ, ਹੈ ਨਾ। ਬਾਕੀ ਜਿਹੜੇ ਦੂਜੇ ਕਮਰੇ ਕੁਮਰੇ ਸਾਂਭਣਾ ਲਿਆ, ਕੱਪੜਿਆਂ ਵਾਲਾ ਕੰਮ ਸਭ ਤੋਂ ਮੇਨ ਆ, ਉਹ ਨਿਬੇੜਦੀ ਹਾਂ। ਅਰੂ ਗੱਡੀ ਗੱਲ ਲੱਗ ਗਿਆ ਮੰਮੀ,
ਟੀਕਾ ਲੱਗ ਗਿਆ ਮੰਮੀ ਦਾ ਟੀਕਾ ਤੇ ਇੱਥੇ ਵੀਡੀਓ ਸੇਵ ਹੋ ਰਹੀ ਆ ਜਿਹੜੀ ਤੁਸੀਂ ਕੱਲ ਦੇਖੀ ਆ ਤੇ ਸੰਡੇ ਦਾ ਦਿਨ ਹੈ ਸ਼ਰਮਾ ਨੇ ਜ਼ਿਆਦਾ ਦਰਦ ਕੀਤੀ ਸੀ ਪਾਪਾ ਦੇ ਹੱਥ ਚ ਸ਼ਫਾ ਏ ਸ਼ਫਾ ਹੈ ਪਾਪਾ ਦੇ ਹੱਥ ਸ਼ਫਾ ਹੈ ਪਾਪਾ ਦੇ ਟੀਕੇ ਦੀ ਦਰਦ ਨਹੀਂ ਕੀਤੀ ਹਾਂਜੀ ਅਰੂ ਚੱਲ ਗਾਣਾ ਸੁਣਾਈ ਅਰਜਨ ਵੈਲੀ ਨੇ ਬਈ ਅਰੂ ਸਾਡੀ ਬਹੁਤ ਸੋਹਣਾ ਅਰੂ ਅਰੂ ਸਾਡੀ ਬਹੁਤ ਸੋਹਣਾ ਗਾਣਾ ਗਾਉਂਦੀ ਆ ਉਹਦੇ ਉਹ ਨੰਨੂ ਨੂੰ ਉਠਾਤਾ ਜੀ ਏਦਾਂ ਉਠਾਉਣਾ ਹੋ ਗਿਆ ਨਾ ਜਦੋਂ ਜਿੰਗਾ ਲਾ ਲਾ ਹੂ ਜਿੰਗਾ ਲਾ ਲਾ ਹੂ ਵਿਲਾ ਜਿੰਗਾ ਲਾ ਲਾ ਹੂ ਅੱਛਾ ਚੱਲ ਅੱਛਾ ਅਰੂ ਗਾਣਾ ਤੇ ਸੁਣਾ ਦੇ ਅਰੂ ਸੁਣਾ ਛੋਟੀ ਸੀ ਗੰਡਾਸੀ ਮਾਰੀ ਸੁਣ ਲਿਆ ਸੁਣ ਲਿਆ ਇਹਦਾ ਗਾਣਾ ਛੋਟੀ ਸੀ ਗੰਡਾਸੀ ਮਾਰੀ ਹੁਣ ਅਰਨਾਸ ਕੌਰ ਦਾ ਕਿਉਂਕਿ ਜਿਹੜਾ ਯੂਟਿਊਬ ਹੈ ਨਾ ਨੈਟ ਤੇ ਮੰਮੀ ਹੁਣ ਵਾਲੇ ਗਏ ਜਿਹੜੇ ਕਮਰੇ ਚ ਟੀਵੀ ਆ ਨਾ ਉੱਚੇ ਚੱਲਦਾ ਇਹ ਚ ਥੋੜਾ ਨਹੀਂ ਚੱਲਦਾ ਕਿਉਂਕਿ ਇਹ ਹੈਗਾ ਸੋਨੀ ਦਾ ਟੀਵੀ ਨਾ ਤੇ ਇੱਥੇ ਚੱਲਦਾ ਤੇ ਇੱਥੇ ਯੂਟਿਊਬ ਤੇ ਲਾ ਕੇ ਗਾਣੇ ਸੁਣਦੀ ਆ ਕਿਹੜਾ ਗਾਣਾ ਸੁਣੇਗੀ ਅਰੂ ਹੈ ਅਰੂ ਕਿਹੜਾ ਗਾਣਾ ਸੁਣੇਗੀ ਜਿਹੜਾ ਮਿਠਾਈ ਦਾ ਡੱਬਾ ਆਇਆ ਸੀ ਨਾ ਉਹ ਹੋ ਗਿਆ ਖਾਲੀ ਲਾਸਟ ਪੀਸ ਮੈਂ ਖਾ ਰਹੀ ਹਾਂ ਤੇ ਸਵੇਰੇ ਪਤਾ ਕੀ ਹੋਇਆ ਦੇਖੋ ਲਵਲੀ ਦੀ ਮਿਠਾਈ ਚੋਂ ਨਿਕਲਿਆ ਵਾਲ ਇਹ ਦੇਖੋ ਮਿਠਾਈ ਦੇ ਵਿੱਚੋਂ ਵਾਲ ਨਿਕਲਿਆ ਇਹਦੀ ਆਪਾਂ ਕਲਿੱਪ ਲੈ ਲਈ ਹੁਣ ਆਪਾਂ ਸ਼ਾਮੀ ਜਾ ਕੇ ਲਵਲੀ ਵਾਲੇ ਨੂੰ ਦਿਖਾਉਣ ਆਏਗੀ ਤੁਸੀਂ ਕੁਆਲਿਟੀ ਕੁਆਲਿਟੀ ਜਾਂਦੇ ਹੋ ਤੁਹਾਡੇ ਮਿਠਾਈ ਚੋਂ ਵਾਲ ਨਿਕਲੇ ਹੁਣ ਇਹ ਵੀ ਮੈਂ ਦੇਖ ਕੇ ਖਾ ਰਹੀ ਸੀ ਕਿਤੇ ਇਹਦੇ 'ਚ ਵਾਲ ਵੀ ਨਹੀਂ ਗਾ ਲਾਸਟ ਪੀਸ ਸੀਗੀ ਕਿਉਂਕਿ ਬਰਫੀ ਹੈਗੀ ਬਹੁਤ ਜ਼ਿਆਦਾ ਸਵਾਦ ਹੈ ਪਰ ਵਾਲ ਕਿਵੇਂ ਨਿਕਲਿਆ ਪਤਾ ਨਹੀਂ ਪਿੱਛੇ ਵੀ ਇੱਕ ਵਾਰੀ ਅਸੀਂ ਲਵਲੀ ਦੀ ਮਿਠਾਈ ਲਿਆ ਸੀ ਨਾ ਉਦੋਂ ਵੀ ਵਾਲ ਨਿਕਲਿਆ ਸੀ ਫਿਰ ਉਦੋਂ ਵੀ ਅਸੀਂ ਕੰਪਲੇਂਟ ਕੀਤੀ ਸੀਗੀ ਕਿ ਸਾਡੀ ਸਵੀਟਸ 'ਚੋਂ ਜੋ ਹੈ ਵਾਲ ਨਿਕਲਿਆ ਬਾਕੀ ਅਰਨਾਸ ਕੌਰ ਨੂੰ ਮੈਂ ਨਵਾਤਾ ਹੈ ਸਿਰ ਵੀਰ ਧੋਤਾ ਉਹਦਾ ਅੱਜ ਉਹਨੂੰ ਨਵਾਂ ਟੋਪ ਪਾਇਆ ਅਸੀਂ ਉਹਦੇ ਲਈ ਬਹੁਤ ਟਾਈਮ ਪਹਿਲੇ ਲੈ ਕੇ ਆਏ ਸੀ ਪਾਉਂਦੀ ਨਹੀਂ ਸੀ ਅੱਜ ਨੋ ਨਾ ਗਾਸਾ ਬਣਿਆ ਹੈਡ ਵਾਸ਼ ਕਰਕੇ ਚੋਨੀ ਚਲੋ ਆਪਾਂ ਇਹਨੂੰ ਤੰਗ ਨਹੀਂ ਕਰਦੇ ਦਾਦੀ ਗੋਦੀ 'ਚ ਬਹਿ ਕੇ ਦੁੱਧ ਪੀ ਦੀਆਂ ਅਤੇ ਲਾਸਟ ਕਲਿੱਪ ਮੈਨੂੰ ਨਹੀਂ ਪਤਾ ਮੈਂ ਮੰਮੀ ਦੇ ਫੋਨ 'ਤੇ ਵਲੋਗ ਬਣਾ ਰਹੀ ਸੀ ਕਿਉਂਕਿ ਮੇਰੇ ਫੋਨ 'ਤੇ ਵੀਡੀਓ ਨਹੀਂ ਸੀ ਸੇਵ ਆ ਰਹੀ ਕੱਲ੍ਹ ਵਾਲੀ ਵੀਡੀਓ ਵੀ ਤੁਸੀਂ ਦੇਖਿਆ ਬਹੁਤ ਜ਼ਿਆਦਾ ਲੇਟ ਹੋਈ ਕਿਉਂਕਿ ਮੇਰੇ ਫੋਨ 'ਚ ਵੀਡੀਓ ਨਹੀਂ ਸੀ ਸੇਵ ਹੋ ਰਹੀ ਬਹੁਤ ਦਿੱਕਤ ਆ ਰਹੀ ਸੀ ਅਤੇ ਮੈਂ ਮੰਮੀ ਦੇ ਫੋਨ ਤੋਂ ਵਲੋਗ ਬਣਾ ਰਹੀ ਸੀ ਫਿਰ ਹੁਣ ਥੋੜ੍ਹੀ ਦੇਰ 2 ਘੰਟਿਆਂ ਤੋਂ ਮੈਂ ਇੰਨਾ ਜ਼ਿਆਦਾ ਬਿਜ਼ੀ ਸੀਗੀ ਨਾਸ਼ਤਾ ਨੁਸ਼ਤਾ ਕਰਕੇ ਦੀਦੀ ਆਏ ਝਾੜ ਪੋਚਾ ਕੀਤਾ ਭਾਂਡੇ ਦੇ ਉੱਤੇ ਮੈਂ ਤੁਹਾਨੂੰ ਰਾਤੀ ਗਿਆ ਸੀ ਕਿ ਗੈਸ ਸਾਫ਼ ਕਰੂੰਗੀ ਮੋਰਨਿੰਗ ਮੈਂ ਸਰਫ ਨਾਲ ਰਗੜ ਰਗੜ ਕੇ ਸਾਰਾ ਪ੍ਰੋਪਰ ਸਾਫ਼ ਕਰਤਾ ਔਰ ਅੱਜ ਕੀ ਹੋਇਆ ਆਲੂ ਵਾਲੇ ਸੀਗੇ ਆਲੂ ਵਾਲੇ ਪਰੌਂਠੇ ਖਾਣ ਲਈ ਲੇਕਿਨ ਆਲੂ ਪਏ ਹੋਏ ਸੀਗੇ ਸਾਰੇ ਪੂੜੀਆਂ ਹੀ ਖਾ ਗਏ ਉਹਦੇ ਨਾਲ ਆਲੂ ਵਿਚਾਰੇ ਇੱਦਾਂ ਦੇ ਇੱਦਾਂ ਪਿਆ ਹੁਣ ਦੇਖਦੇ ਹਾਂ ਇਹਦਾ ਆਪਾਂ ਕੀ ਕਰਦੇ ਹਾਂ ਅਤੇ ਸਾਰਾ ਗੈਸ ਮੈਂ ਦੇਖੋ ਇੱਥੇ ਸਾਰਾ ਸਰਫ ਨਾਲ ਉਹਦੇ ਨਾਲ ਰਗੜ ਰਗੜ ਕੇ ਸਾਫ਼ ਕੀਤਾ ਪਾਂਡਾ ਹੁਣ ਅੱਜ ਮੇਥੀ ਕੱਟਣੀ ਆ ਮੇਥੀ ਕੱਟ ਕੇ ਰੱਖੂੰਗੀ ਗਾਜਰਾਂ ਕੱਦੂਕਸ ਕਰਨੀ ਆ ਅੱਜ ਮੈਂ ਸ਼ਾਮੀ ਹਲਵਾ ਬਣਾਉਂਗੀ ਗਾਜਰਾਂ ਦਾ ਅੱਜ ਮਾੜੀ ਮਾੜੀ ਧੁੱਪ ਵੀ ਨਿਕਲੀ ਆ ਅਤੇ ਮਸ਼ੀਨ 'ਚ ਕੱਪੜੇ ਧੋਣ ਨੂੰ ਪਾਏ ਹੋਏ ਆ ਅਤੇ ਮੈਂ ਸੋਚ ਰਹੀ ਹਾਂ ਹੁਣ ਉਹ ਹੋ ਗਏ ਨੇ ਅਤੇ ਉਹ ਵੀ ਸੁੱਕਣੇ ਪਾ ਦਈਏ ਉਸ ਤੋਂ ਬਾਅਦ ਮੈਂ ਨਹਾ ਨਹੀਂ ਸਕਦੀ ਕਿਉਂਕਿ ਜੀ ਦੀਆਂ ਪੈਂਟਾਂ ਪਈਆਂ ਬਰੱਸ਼ ਮਾਰਨ ਵਾਲੀਆਂ ਹੁਣ ਮੈਂ ਪੈਂਟਾਂ ਮਸ਼ੀਨ 'ਚ ਪਾਉਂਗੀ ਜਦੋਂ ਧੋ ਹੋ ਜਾਣਗੀਆਂ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਰੈਡੀ ਹੋਵਾਂਗੀ ਨਾਲ ਹੀ ਆਪਾਂ ਬਰੱਸ਼ ਵੀ ਮਾਰ ਦਾਂਗੇ ਕਿਉਂਕਿ ਫਿਰ ਬਾਅਦ 'ਚ ਔਖਾ ਲੱਗਦਾ ਆ ਠੰਡ 'ਚ ਹੈ ਨਾ ਗਰਮੀ ਹੋਵੇ ਤਾਂ ਗੱਲ ਵੱਖਰੀ ਹੁੰਦੀ ਹੈ ਫਟਾਫਟ ਨਾ ਵਿਹੜਦਾ ਐਂ ਵਾਲਾ ਕੰਮ ਫਿਰ ਮੈਂ ਸੋਚਦੀ ਹਾਂ ਹੁਣ ਮੰਮੀ ਨੂੰ ਪੁੱਛ ਲੈਂਦੀ ਹਾਂ ਜੇ ਮੰਮੀ ਕਹਿੰਦੇ ਆ ਅਤੇ ਆਲੂ ਦੀ ਜੀਰੇ ਵਾਲੇ ਆਲੂ ਵਾਲੀ ਸਬਜ਼ੀ ਬਣਾ ਲੈਂਦੀ ਹਾਂ ਜਾਂ ਕੁਛ ਕਰਦੀ ਹਾਂ ਆਲੂਆਂ ਦਾ ਹੈ ਨਾ ਵੀ ਸਬਜ਼ੀ ਸੁਬਜ਼ੀ ਬਣਾਉਂਦੇ ਹਾਂ ਵੀ ਦੁਪਹਿਰੀ ਜੇ ਸਾਰਿਆਂ ਨੇ ਰੋਟੀ ਖਾਣੀ ਹੋਵੇ ਤਾਂ ਦੇਖਦੇ ਹਾਂ ਕੀ ਕਰਦੇ ਹਾਂ ਆਪਾਂ
ਜੀਤ ਗਏ ਹੋਏ ਆ ਕੰਮ ਤੇ। ਅੱਜ ਸੰਡੇ ਦੇਖੋ 2:30 ਏਦਾਂ ਹੀ ਵੱਜ ਗਏ। ਪਹਿਲੇ ਤਾਂ ਆਪਾਂ ਉੱਠੇ ਅੱਜ ਸਵੇਰੇ ਆਰਾਮ ਨਾਲ ਸੀਗੇ, 2:30 ਏਦਾਂ ਹੀ ਵੱਜ ਗਏ ਕੰਮ ਕਰਦੇ ਕਰਦੇ। ਮੈਂ ਕੀ ਕਹਿ ਰਹੀ ਹਾਂ, ਹੁਣ ਜਿਹੜੇ ਆਲੂ ਉਬਾਲੇ ਉਹਦੀ ਕੋਈ ਸਬਜ਼ੀ ਸੁਬਜ਼ੀ ਬਣਾ ਲਾਂ, ਪਤਾ ਨੀ ਪਰੌਂਠੇ ਖਾਣ ਕਦੋਂ ਆਣਗੇ। 2:30 ਤਾਂ ਵੱਜ ਗਏ, ਮੈਨੂੰ ਇਹਨਾਂ ਦੇ ਕੋਈ ਅਸਾਰ ਨੀ ਲੱਗ ਰਹੇ ਕੋਈ ਆਏਗਾ ਪਰੌਂਠੇ ਖਾਣ। ਹੈਂ, ਬਿਲਕੁਲ ਥੋੜ੍ਹਾ ਜਿਹਾ ਹੀ ਆ, ਉਹਨਾਂ ਰੋਟੀ ਨਹੀਂ ਖਾ ਹੋਣੀ। ਹੁਣ ਮੈਂ ਜਿੱਦਾਂ ਆਟਾ ਗੁੰਨ ਦਿੰਦੀ ਹਾਂ, ਕੋਈ ਸਬਜ਼ੀ ਤਾਂ ਬਣਾਵਾਂ। ਹੁਣ ਰਾਤੀ ਸ਼ਾਮੀ 6 ਵਜੇ ਥੋੜ੍ਹੀ ਆਲੂ ਵਾਲੇ ਪਰੌਂਠੇ ਖਾਣਗੇ। ਆਲੂ ਗਾਜਰਾਂ ਮਟਰ ਵੀ ਪਏ ਆ, ਮੈਂ ਸੋਚ ਰਹੀ ਸੀਗੀ ਕਿ ਆਲੂ ਗਾਜਰੇ ਮਟਰ 'ਚ ਨਾ ਪਿਆਜ਼ ਕੱਟ ਕੇ ਮਾਇਓ ਵਾਇਓ ਪਾ ਕੇ ਮਸਾਲੇ ਮਸੂਲੇ ਪਾ ਕੇ ਸ਼ਾਮੀ ਟੋਸਟ ਬਣਾਉਂਗੀ, ਪਰ ਫਿਰ ਇਹਨਾਂ ਆਲੂ ਵਾਲਾ ਕੁਛ ਜੀਰੇ ਵਾਲੇ ਆਲੂ ਕੀ ਬਣਾਵਾਂ। ਪੂੜੀਆਂ ਤਾਂ ਖਾ ਗਏ ਸਵੇਰੇ, ਕਹਿਣਗੇ ਫੇਰ ਪੂੜੀਆਂ। ਆਲੂ ਪੂੜੀਆਂ ਤੇ ਸਵੇਰੇ ਹੀ ਖਾ ਲੀਆਂ, ਆਲੂ ਪੂੜੀਆਂ ਬਣਾਉਣ ਦਾ ਤੇ ਕੋਈ ਫਾਇਦਾ ਹੀ ਨਹੀਂ ਨਾ ਹੈਗਾ। ਹਾਂ, ਆਲੂ ਵਾਲੇ ਬ੍ਰੈਡ ਪਕੌੜੇ ਬਣਾ ਸਕਦੇ ਅਸੀਂ ਸ਼ਾਮੀ, ਹੈ ਨਾ। ਕਿਲੋ ਆਲੂ ਉਬਲੇ ਹੋਏ ਨੇ, ਕਿਲੋ ਆਲੂ ਦੇ ਬ੍ਰੈਡ ਪਕੌੜੇ ਬਣ ਜਾਂਦੇ। ਹਾਂ, ਇੱਦਾਂ ਕਰ ਸਕਦੇ ਹਾਂ ਆਪਾਂ, ਹੈ ਨਾ ਮੰਮੀ, ਇੱਦਾਂ ਯੂਜ਼ ਕਰ ਸਕਦੇ ਅਸੀਂ। ਸੋ ਦੇਖਦੇ ਹਾਂ ਹੁਣ ਕਿ ਮੈਂ ਸੋਚ ਰਹੀ ਹਾਂ, ਅਸੀਂ ਕਰ ਲੈਂਦੇ ਹਾਂ ਬ੍ਰੈਡ ਮੰਗਾਉਂਦੇ ਹਾਂ ਅਤੇ ਥੋੜ੍ਹੇ ਜਿਹੇ ਵਿੱਚ ਟੋਸਟ ਬਣਾ ਦੂੰਗੀ, ਥੋੜ੍ਹੇ ਜਿਹੇ ਆਪਾਂ ਬ੍ਰੈਡ ਪਕੌੜੇ ਬਣਾ ਲਾਂਗੇ ਸ਼ਾਮੀ ਚਾਹਨਾ, ਹੈ ਨਾ। 4-5 ਵਜੇ ਜਿੰਨੇ ਵਜੇ ਹੁਣ ਸਾਰੇ ਖਾਣਗੇ, ਫਿਰ ਜੀਰੇ ਵਾਲੇ ਆਲੂ, ਮੈਂ ਸਵੇਰੇ ਕੰਮ 'ਤੇ ਜਾਣ ਲੱਗਿਆ ਜੀਰੇ ਵਾਲੇ ਆਲੂ ਬਣਾ ਜਾਵਾਂਗੇ, ਉਹ ਤਾਂ ਮਿੰਟਾਂ 'ਚ ਹੀ ਬਣ ਜਾਂਦੇ ਆ। ਆਲੂ ਉਬਲੇ ਹੋਇਆ, ਬਸ ਤੜਕਾ ਹੀ ਲਾਉਣਾ ਹੁੰਦਾ। ਅੱਜ ਬਹੁਤ ਦਿਨ ਬਾਅਦ ਸੂਰਜ ਦੇਵਤਾ ਜੀ ਤੁਸੀਂ ਆਏ ਹੋ, ਧੰਨਵਾਦ ਤੁਹਾਡਾ। ਕੱਲ੍ਹ ਤੁਸੀਂ ਧੁੰਦ ਲੈ ਕੇ ਆਓਗੇ, ਹੈ। ਅੱਜ ਸੂਰਜ ਨਿਕਲਿਆ, ਕੱਲ੍ਹ ਧੁੰਦ ਹੋਏਗੀ ਹੋਏਗੀ, ਸਹੀ ਲੱਗ ਰਿਹਾ। ਪਰ ਬੈਠਣ ਵਾਲਾ ਹਿਸਾਬ ਨਹੀਂ ਆ, ਤਿੱਖੀ ਧੁੱਪ ਨਹੀਂ ਹੈਗੀ ਕਿ ਬੈਠਿਆ ਜਾਵੇ ਬਾਹਰ। ਲਓ ਜੀ, ਆਪਾਂ ਨਾ ਧੁੱਪ 'ਚ ਬੈਠੇ ਹਾਂ, ਤਾਂ ਦੇਖੋ ਮੂੰਗਫਲੀ ਦਾ ਅਰਨਾਸ ਕੌਰ ਨੇ ਕੀ ਹਾਲ ਕੀਤਾ, ਇੱਦਾਂ ਵਗਾ ਕੇ ਕੋਲੀ ਮਾਰੀ। ਹੁਣ ਇਹਨਾਂ ਦੀ ਡਿਬੇਟ ਚੱਲ ਰਹੀ ਆ ਔਰੇਂਜ ਦੇ ਉੱਤੇ, ਮਤਲਬ ਕਿਹਨੂੰ ਖਾ ਰਹੇ ਨੇ, ਨਾਮ ਅਸੀਂ ਔਰੇਂਜ ਦਿੱਤਾ ਹੋਇਆ। ਉਹ ਕਹਿੰਦੀ ਮੈਂ ਛਿੱਲਣਾ, ਮੰਮੀ ਦੇਂਦੀ ਨਹੀਂ ਪਈ। ਤੇਰੀ ਕੰਘੀ ਕਰਦਾ ਇੱਥੇ ਬੈਠੀ ਬੈਠੀ, ਹੈਂ, ਓਇਲ ਲਾ ਕੇ ਕੰਘੀ ਕਰਦਾ ਸੋਹਣੀ ਜੀ, ਹੈਂ, ਧੁੱਪ 'ਚ ਬਹਿ ਕੇ ਕਰਦਾ। ਚਲੋ ਅਭੀ ਨਹੀਂ ਕਰਨੀ, ਹੇਅਰ ਸੁੱਕ ਗਏ ਤੁਹਾਡੇ। ਇਹ ਦੇਖੋ ਅੱਜ ਅਨਾਜ ਨੇ ਦਿਖਾਈ ਆਪਣੀ ਨਿਊ ਸਵੈਟਸ਼ਰਟ, ਦਿਖਾ। ਇਹ ਦੇਖੋ ਅੱਜ ਇਹਨੇ ਪਹਿਲੀ ਵਾਰ ਪਾਈ ਆ ਨਿਊ। ਸ਼ੂਜ਼ ਵੀ ਪਾਏ ਨੇ, ਦੇਖੋ ਵਾਈਟ ਵਾਈਟ ਸ਼ੂਜ਼ ਦਿਖ ਰਹੇ ਤੁਹਾਨੂੰ ਇਹਦੇ। ਹਾਂ, ਉਹ ਦੇਖੋ ਸ਼ੂ ਪਾ ਕੇ ਬੈਠੀ ਆ। ਸੌਕਸ ਅੱਜ ਉਹਨੇ ਪੁੱਠੀਆਂ ਪਾਈਆਂ, ਚਿੱਲੀਆਂ ਪਾ ਨਹੀਂ ਰਹੀ ਸੀ, ਇਹਨੂੰ ਪਸੰਦ ਨਹੀਂ ਆ ਰਹੀਆਂ ਸੀ, ਪੁੱਠੀਆਂ ਪਾਈਆਂ ਪਸੰਦ ਨਹੀਂ ਸੀ, ਪੁੱਠੀਆਂ ਪਾ ਤੀਆਂ ਫਿਰ, ਹੈ ਨਾ। ਹੋਰ ਪਰਮਜੀਤ ਕੌਰ ਮੈਨੂੰ ਕਹਿੰਦੀ ਅੰਦਰ ਬਾਥਰੂਮ 'ਚ ਤੁਸੀਂ ਮੇਰੀ ਦਾਦੀ ਹੋ, ਮੈਂ ਕਿਹਾ ਮੈਂ ਤੇਰੀ ਮੰਮੀ ਹਾਂ, ਦਾਦੀ ਤੇਰੀ ਅੰਦਰ ਬੈਠੀ। ਪਰਮਜੀਤ ਕੌਰ ਪਰਮਜੀਕੋ ਏਦਾਂ ਬੋਲਦੀ, ਫਿਰ ਵਟ ਇਜ਼ ਯੋਰ ਦਾਦੀ ਨੇਮ, ਦਾਦੂ ਕਾ ਨਾਮ, ਦਾਦੂ ਕਿਆ ਨਾਮ ਹੈ, ਪਾਪਾ ਕਾ ਨਾਮ ਜੀਤ, ਚਾਚੇ ਕਾ ਨਾਮ, ਮੰਮਾ ਕਾ ਨਾਮ, ਭੂਆ ਦਾ ਨਾਮ, ਹੋਰ ਵੱਡੀ ਵਾਲੀ ਭੂਆ ਦਾ ਨਾਮ, ਵੱਡੀ ਵਾਲੀ ਭੂਆ ਦਾ ਨਾਮ ਕੀ ਹੈ, ਉਹ ਨਹੀਂ ਬੋਲਣਾ ਆਉਂਦਾ, ਉਹ ਤਿੰਗੂ ਭੂਆ, ਹੀਨਾ ਭੂਆ, ਵੱਡੇ ਜਿਹੜੀ ਦੂਰ ਭੂਆ ਹੈ ਉਹਦਾ ਨਾਮ ਹੈ ਹੀਨਾ ਭੂਆ। ਹਾਂ, ਉਹਨਾਂ ਦਾ ਨਾਮ ਹੈ ਹੀਨਾ ਭੂਆ, ਤੇ ਜਿਹੜੀ ਭੂਆ ਇੱਥੇ ਰਹਿੰਦੀ ਹੈ ਟਿੰਕੂ ਭੂਆ। ਅਰੂ ਦੀ ਕਿੰਨੀ ਭੂਆ ਹੈ, 2, ਇੱਕ ਭੂਆ ਹੋਰ ਹੈ ਅਰੂ ਦੀ, ਹੈ ਜਿਹੜੀ ਭੂਆ ਵੀਰ ਜੀ ਦੀ ਮੰਮੀ ਰੱਜੀ ਭੂਆ, ਹੈ ਨਾ, ਰੱਜੀ ਦੀਦੀ ਨਾਲ ਬਹੁਤ ਗੱਲਾਂ ਮਾਰਦੀ ਆ ਟਿੰਕੂ ਦੀਦੀ, ਹੀਨਾ ਦੀਦੀ ਨਾਲੋਂ ਜ਼ਿਆਦਾ ਰੱਜੀ ਦੀਦੀ, ਹਾਏ, ਟਿੰਕੂ ਦੀਦੀ ਹੀਨਾ ਦੀਦੀ ਨਾਲ ਇੰਨੀਆਂ ਗੱਲਾਂ ਨਹੀਂ ਮਾਰਦੀ ਆ ਜਿੰਨੀ ਉਹਨਾਂ ਨਾਲ ਕਰਦੀ ਆ, ਉਹਨਾਂ ਤਾਂ ਛੱਡਦੀ ਨਹੀਂ। ਅੱਛਾ, ਜੀਆਈ ਨਾਲ ਵੀ ਬਹੁਤ ਗੱਲਾਂ ਮਾਰਦੀ ਹੈ, ਜੀਜੇ ਨਾਲ ਸਾਰਿਆਂ ਨਾਲ ਗੱਲਾਂ ਮਾਰਦੀ ਆ,
ਜਗਪਾਲ ਜੀ ਨਾਲ ਵੀ, ਦਿੰਦਰ ਜੀ ਨਾਲ ਵੀ, ਦਲੀਪ ਜੀ ਨਾਲ ਵੀ, ਤਿੰਨਾਂ ਨਾਲ ਗੱਲਾਂ ਮਾਰਦੀ ਆ, ਲੇਕਿਨ ਭੂਆ ਚੋਂ ਸਭ ਤੋਂ ਜ਼ਿਆਦਾ ਗੱਲਾਂ ਰੱਜੀ ਦੀਦੀ ਨਾਲ ਮਾਰਦੀ, ਦੂਜੀ ਭੂਆ ਨਾਲ ਥੋੜੀ ਘੱਟ ਮਾਰਦੀ ਆ, ਸ਼ਰਮ ਆ ਜਾਂਦੀ ਦੂਜੀ ਭੂਆ ਵਾਰੀ ਇਹਨੂੰ, ਹੈਨਾ ਮੇਰਾ ਚੋਨੀਆ ਮੇਰਾ ਚੋਨਾ ਕੱਪੜਿਆਂ ਤੇ ਗਿਰਦੇ ਸੀ ਦੱਸ ਘਰ ਕੁਛ ਬਣਾਵਾਂ ਬਾਹਰੋਂ ਕੁਛ ਮੰਗਾਵਾਂ ਕੀ ਖਾਣਾ ਦੱਸ ਇੱਧਰ ਵੇਖੋ ਨਾ ਮੇਰੀ ਗੱਲ ਸੁਣੋ ਪਾਰਟੀ ਵੱਡੀ ਬੰਦੀ ਹੈ ਕਿਉਂ ਇੱਕ ਤਾਂ ਬੰਦਾ ਹੁੰਦਾ ਨਾ ਹੌਲੀ ਹੌਲੀ ਉੱਪਰ ਨੂੰ ਚੜਦਾ ਤੁਸੀਂ 50,000 ਤੁਹਾਡੇ ਬੜੇ ਚੜ੍ਹੋ ਕੋਂਗਰੈਚੁਲੇਸ਼ਨ ਬਹੁਤ ਬਹੁਤ ਵਧਾਈਆਂ ਠੀਕ ਹੈ ਧੰਨਵਾਦ ਤੇ ਦੂਜੇ ਗੱਲ ਤੁਸੀਂ ਸਿੱਧੇ 70 ਤੇ ਛਾਲ ਮਾਰਤੀ ਮਤਲਬ 50 ਜਾਂਦਾ 60 ਤੇ ਜਾਂਦਾ 65 ਤੇ ਜਾਂਦਾ ਹੈ ਟਾਰਗੇਟ 70 ਦਾ ਲਾਇਆ ਨਾ ਮੈਂ ਹੁਣ ਚਾਕੀ ਖਾਏਗੀ ਦੱਸ ਫਿਰ ਆਲੂ ਦੇ ਪਰੌਂਠੇ ਖਵਾਵਾਂ ਬਣਾ ਕੇ ਬਾਰਾਂ ਕੁਛ ਖਾਣਾ ਫਿਰ ਇੱਕ ਹਫ਼ਤਾ ਵੇਟ ਪਰੌਂਠੇ ਲਈ ਨਹੀਂ ਮੈਂ ਤਾਂ ਪਰੌਂਠੇ ਖਾ ਚਲੋ ਪਰਾਂਠੇ ਖਵਾ ਦੇ ਮੈਂ ਤਾਂ ਪਰਾਂਠਾ ਮੈਂ ਨਹੀਂ ਖਾਊਗਾ ਡੋਸਾ ਨਹੀਂ ਮੈਂ ਸੋਚ ਰਹੀ ਸੀ ਥੋੜੇ ਜਿਹੇ ਪਰਾਂਠੇ ਬਣਾ ਲੈਣੇ ਆ ਬਾਕੀ ਮੈਂ ਕਿਹਾ ਉਹ MTR ਦਾ ਨਾ ਬੈਟਰ ਪਿਆ ਹੋਇਆ ਡੋਸੇ ਦਾ ਤੇ ਮੈਂ ਕਿਹਾ ਮੰਮੀ ਦੱਸ ਦੋ ਮੈਨੂੰ ਸਾਂਬਰ ਕਿੱਦਾਂ ਬਣਦਾ ਮੈਂ ਬਣਾ ਲੈਣੀ ਆ ਫਿਰ ਆਪਾਂ ਡਿਨਰ 'ਚ ਡੋਸਾ ਖਾ ਲਾਂਗੇ ਸਾਂਬਰ ਡੋਸਾ ਤੇ ਬਾਕੀ ਦੋ ਚਾਰ ਪਰੌਂਠੇ ਬਣਾ ਲਾਂਗੇ ਜਿਹੜਾ ਬਣਾ ਲਓ ਇਸ ਬੰਦੇ ਉਹ ਵੀ ਖਾ ਲੈਣਗੇ ਹਾਂ ਠੀਕ ਆ ਪਰੌਂਠੇ ਬਣਾ ਲੈਣਾ ਚੱਲ ਆਲੂ ਦੇ ਠੀਕ ਆ ਚੱਲ ਠੀਕ ਆ ਕੈਨੇਡਾ ਘੁੰਮ ਆਇਆ ਬੱਚਾ ਸਾਡਾ ਖਿਲਰ ਗਿਆ ਕੀ ਕਰਨਾ ਮੈਂ ਕਰਾਉਂਗਾ ਜੀ ਤੇਰੀ ਪਹਿਲੇ ਪਾਸ ਸੁਣ ਪਹਿਲੇ ਪਾਪਾ ਦੀ ਬਾਤ ਸੁਣ ਤੇਰੀ ਬਾਤ ਸੁਣ ਤੇ ਯਾਰ ਵਾੜ ਦੇ ਯਾਰ ਸੁਣ ਕਿਤੇ ਕੀ ਹੈ ਪੁੱਛੋ ਜਿੰਨੇ ਦੀ ਵੀ ਹੈ ਵਾੜੋ ਆਇਆ ਆਇਆ ਉਹ ਦੇਖੋ ਗਈ ਬਈ ਗਈ ਆ ਨਾਸਕਰ ਅੰਦਰ ਗਈ ਬਈ ਆਪਾਂ ਗਏ ਸੀਗੇ ਬਾਹਰ ਥੋੜਾ ਜਿਹਾ ਕੰਮ ਕੀ ਕਰਨਗੇ ਅਸੀਂ ਉਹ ਤੁਹਾਨੂੰ ਆਪਾਂ ਆਉਣ ਵਾਲੇ ਵਲੋਗ 'ਚ ਦੱਸਾਂਗੇ ਤੁਹਾਨੂੰ ਆਉਣ ਵਾਲੇ ਵਲੋਗ 'ਚ ਪਤਾ ਚੱਲ ਜਾਏਗਾ ਅਤੇ ਰਾਤ ਦੇ ਵੱਜ ਰਹੇ ਆ 11:30 ਅਤੇ ਮੈਂ ਜੀਤ ਹਰਜੀ ਨੰਨੂ ਅਤੇ ਅਰਨਾਜ਼ ਅਸੀਂ ਬਾਹਰੋਂ ਘੁੰਮ ਫਿਰ ਕੇ ਖਾ ਪੀ ਕੇ ਤੁਸੀਂ ਦੇਖਿਆ ਅੱਛਾ ਇਸ ਤੋਂ ਪਹਿਲੇ ਤੁਸੀਂ ਲਾਸਟ ਟਾਈਮ ਦੇਖੀ ਕਿ ਰੱਖ ਆਈ ਸੀ ਅਤੇ ਆਲੂ ਨਾ ਕੱਦੂਕਸ ਕਰ ਲਏ ਸੀਗੇ ਪਰੌਂਠੇ ਬਣਾ ਲਈ
ਲੇਕਿਨ ਸਡਨਲੀ ਪਲਾਨ ਚੇਂਜ ਹੋ ਗਿਆ ਸਾਡਾ। ਦੇਖੋ ਆਲੂ ਕੱਦੂਕਸ ਕਰਕੇ ਰੱਖੇ, ਪਿਆਜ਼ ਅਦਰਕ ਸਭ ਕੱਟ ਕੇ ਰੱਖਿਆ ਹੋਇਆ, ਲੇਕਿਨ ਪਲਾਨ ਸਡਨਲੀ ਕੀ ਚੇਂਜ ਹੋ ਗਿਆ ਕਿ ਆਪਾਂ ਸੈਂਡਵਿਚਿਸ ਬਣਾ ਲਏ, ਜੀਤ ਨੂਡਲਸ ਲਾਏ ਸੀ ਬਾਹਰੋਂ ਅਤੇ ਉਹ ਖਾ ਲਏ ਸੀਗੇ, ਫਿਰ ਇਨ ਬਿਟਵੀਨ ਨੂੰ ਰਾਖੀ ਨੂੰ ਜਾਣਾ ਪਿਆ ਕਿਉਂਕਿ ਉਹਦੇ ਘਰ ਕੋਈ ਆ ਗਿਆ ਸੀਗਾ, ਫਿਰ ਫਟਾਫਟ ਭੱਜ ਗਈ ਅਤੇ ਅਸੀਂ ਉਹ ਖਾਧਾ ਪੀਤਾ। ਅਤੇ ਪਤਾ ਨਹੀਂ ਅੱਜ ਆਲੂਆਂ ਦੀ ਕਿਸਮਤ ਕਿੱਦਾਂ ਦੀ ਸੀ, ਅੱਜ ਬਣਾਉਣੇ ਪਰੌਂਠੇ ਸੀ ਬਟ ਬਣੇ ਹੀ ਨਹੀਂ, ਅਤੇ ਹੁਣ ਆਪਾਂ ਬਾਹਰ ਚਲੇ ਗਏ ਸੀ, ਉਸ ਉੱਤੋਂ ਆਪਾਂ ਈਸਟਵੁੱਡ ਵਿਲੇਜ ਚਲੇ ਗਏ, ਤੁਸੀਂ ਦੇਖਿਆ ਤੁਸੀਂ ਖਾ ਪੀ ਕੇ ਆ ਗਏ। ਅਤੇ ਮੰਮੀ ਨੇ ਮੈਨੂੰ ਕਿਹਾ ਸੀ ਤੂੰ ਜਾਣ ਟਾਈਮ ਮੈਨੂੰ ਗਾਜਰਾਂ ਦੇ ਜਾਈ ਕਿਉਂਕਿ ਮੈਂ ਕੱਲ੍ਹ ਲੈ ਕੇ ਆਈ ਸੀ, ਮੈਂ ਕੱਦੂਕਸ ਕਰ ਦਾਂਗੀ ਅਤੇ ਮੇਥੀ ਦੇ ਗਈ ਸੀ ਕੱਟਣ ਨੂੰ, ਮੈਂ ਬੈਠੀ ਬੈਠੀ ਕਰ ਦੂੰਗੀ। ਮੈਂ ਆ ਕੇ ਕੀ ਦੇਖਿਆ ਇੱਥੇ ਗਾਜਰ ਦਾ ਹਲਵਾ ਵੀ ਬਣਾ ਤਾ, ਔਰ ਅੱਜ ਨਾ ਪਾਪਾ ਨੇ ਬਣਾਇਆ, ਮੰਮੀ ਨੇ ਨਹੀਂ ਬਣਾਇਆ, ਮੰਮੀ ਪਾਪਾ ਨੂੰ ਦੱਸਦੀ ਗਈ, ਪਾਪਾ ਨੂੰ ਉਦੋਂ ਦਾ ਗਾਜਰ ਦਾ ਹਲਵਾ ਬਣਾ ਤਾ। ਹੁਣ ਪਾਪਾ ਨੇ ਬਰਗਰ ਨਹੀਂ ਖਾਣਾ ਹੈ, ਪਾਪਾ ਕਹਿੰਦੇ ਮੈਨੂੰ ਦੁੱਧ ਨਾਲ ਇੱਕ ਨਮਕ ਵਾਲਾ ਪਰੌਂਠਾ ਬਣਾ ਦੇ, ਸੋ ਪਾਪਾ ਲਈ ਹੁਣ ਮੈਂ ਦੁੱਧ ਨਾਲ ਬਣਾ ਦਿੰਦੀ ਹਾਂ ਨਮਕ ਵਾਲਾ ਪਰੌਂਠਾ। ਉਸ ਤੋਂ ਬਾਅਦ ਮੈਂ ਕਰਦੀ ਹਾਂ ਕਿਚਨ ਕਲੀਨ ਅਤੇ ਆਪਾਂ ਸੌ, ਉਸ ਤੋਂ ਬਾਅਦ ਮੈਂ ਪਹਿਲਾਂ ਹੁਣ ਪਾਪਾ ਨੂੰ ਪਰੌਂਠਾ ਬਣਾਉਣਾ, ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਠੀਕ ਹੈ, ਅੱਜ ਦੇਖ ਲਓ ਬਈਆ ਟਾਈਮ ਕਿਉਂ ਰਿਹਾ, ਵੈਸੇ ਸਾਡੀ ਕੜੀ 10 ਮਿੰਟ ਪਿੱਛੇ ਹੋ ਗਈ ਆ, ਇਸ ਟਾਈਮ ਪੂਰਾ 1:45 ਵੱਜ ਰਿਹਾ ਆ ਮੇਰੇ ਫੋਨ 'ਚ, ਅਤੇ ਅਸੀਂ ਹਜੇ ਤੱਕ ਸੋਏ ਨਹੀਂ ਆ। ਜਸਟ ਹੁਣੇ ਹੁਣੇ ਮੈਂ ਫ੍ਰੀ ਹੋ ਕੇ ਰੂਮ 'ਚ ਆਏ ਕਿਉਂਕਿ ਆ ਕੇ ਪਾਪਾ ਨੂੰ ਰੋਟੀ ਬਣਾ ਕੇ ਦਿੱਤੀ, ਇਹਨਾਂ ਨੇ ਵੀ ਕਿਹਾ ਮੈਨੂੰ ਇੱਕ ਰੋਟੀ ਦੇ ਦੇ, ਇਹਨਾਂ ਨੂੰ ਵੀ ਦਿੱਤੀ। ਹੁਣ ਮੈਂ ਸਾਰੀ ਕਿਚਨ ਸਾਫ਼ ਕਰਕੇ ਸਬਜ਼ੀਆਂ ਕੱਲ੍ਹ ਦੀਆਂ ਲਿਆਂਦੀਆਂ ਹੋਈਆਂ ਸੀ ਸਾਂਭ ਕੇ, ਅਤੇ ਹੁਣ ਆਪਾਂ ਰੂਮ 'ਚ ਆਏ ਹਾਂ, ਹੁਣ ਆਪਾਂ ਸੋਵਾਂਗੇ। ਸਵੇਰੇ ਪਤਾ ਨਹੀਂ ਆ ਖੁੱਲ੍ਹੇਗੀ ਕਿ ਨਹੀਂ ਖੁੱਲ੍ਹੇਗੀ, ਦੇਖੋ ਭਾਵੇਂ ਲੇਟ ਉੱਠੀਏ ਜਾ ਕੰਮ 'ਤੇ ਤਾਂ ਜਾਣਾ ਹੀ ਆ, ਹੈ ਨਾ। ਅਤੇ ਬਾਕੀ ਸਾਰੇ ਨਾ ਮੈਨੂੰ ਨਾ ਲਾਸਟ ਕਿ ਪਤਾ ਨਹੀਂ ਉਸ ਲਾਸਟ ਵਲੋਗ 'ਚ ਵੀ ਕਿ ਪਤਾ ਨਹੀਂ ਉਸ ਤੋਂ ਲਾਸਟ ਵਲੋਗ 'ਚ ਫਸਟ ਸੈਲਰੀ ਵਾਲਾ ਜਿਹੜਾ ਮੇਰਾ ਵਲੋਗ ਆ, ਮੇਰੀ ਫਸਟ ਸੈਲਰੀ ਆਈ, ਬਹੁਤ ਸਾਰੇ ਲੋਕ ਮੈਨੂੰ ਪੁੱਛ ਰਹੇ ਨੇ ਦੀਦੀ ਤੁਹਾਡੀ ਸੈਲਰੀ ਕਿੰਨੀ ਆ, ਤੁਹਾਡੀ ਸੈਲਰੀ ਕਿੰਨੀ ਆ ਜਾਂ ਤੁਹਾਡੀ ਸੈਲਰੀ ਕਿੰਨੀ ਆਈ। ਯਾਰ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਸੈਲਰੀ ਕਿੰਨੀ, ਮੈਂ ਨਹੀਂ ਦੱਸ ਸਕਦੀ ਕਿਉਂਕਿ ਮੇਰੀ ਸੈਲਰੀ ਚੁੱਟੂ ਜੀ ਹੈ, ਸੱਚੀ ਜੀ ਬਹੁਤ ਥੋੜੀ ਜਿਹੀ ਆਰਟਿਕਾ ਦੀ ਕਿਸ਼ ਦਾ ਔਰ ਜਿੰਮੀ ਦੇ ਅੱਧੇ ਕਿਸ਼ ਜਾਂਦੀ ਹੁੰਦੀ ਹੈ, ਮੈਂ ਗੈਸ ਲਗਾਉਂ ਥੋੜੀ ਜਿਹੀ ਬਹੁਤ ਥੋੜੀ ਹੈ, ਇਹ ਵੀ ਪਤਾ ਨਹੀਂ ਕੁਝ ਜਦੋਂ ਦੂਜੇ ਯੂਟਿਊਬਰ ਵਾਂਗੂ ਦੱਸੀ ਜਸਮੀਤ ਅਗਰ ਆਈਫੋਨ ਲੈਣਾ ਚਾਹੇ ਤੇ ਮੇਰੇ ਹਿਸਾਬ ਨਾਲ ਆਈਫੋਨ 15 ਲੈ ਲਈ ਉਹਨੂੰ ਘੱਟੋ ਡੇਢ ਸਾਲ ਦੀ ਸੈਲਰੀ ਚਾਹੀਦੀ, ਸੋ ਡੇਢ ਸਾਲ ਦੀ ਸੈਲਰੀ ਚੁਈ ਜਿਓ ਆਈਫੋਨ 15 ਲੈ ਲਈ ਕੱਲਾ, 4 ਮਹੀਨੇ ਦੀ ਸੈਲਰੀ ਚਾਹੀਦੀ ਹੈ, 15 ਕਭੀ ਸੋਤੇ ਨੇ ਕਭੀ ਸਹੇਲੀ, ਯਾਰ ਠੰਡ ਬਹੁਤ ਜ਼ਿਆਦਾ ਹੋ ਗਈ ਆ, ਸੋਨੇ ਆ ਤੇ ਬਸ ਯਾਰ ਸੈਲਰੀ ਮਤਲਬ ਥੋੜ੍ਹੀ ਹੈਗੀ ਆ ਬਿਲਕੁਲ, ਕਿਉਂਕਿ ਮੈਂ ਵਿਆਹ ਤੋਂ ਪਹਿਲਾਂ ਜਦੋਂ ਮੈਂ ਜੋਬ ਕਰਦੀ ਸੀ ਨਾ, ਔਰ ਅਗਰ ਮੇਰੀ ਜੀਤ ਨੇ ਜੋਬ ਛੁਡਵਾਈ ਨੇ ਨਾ ਉਹਦੀ ਵਿਆਹ ਹੋਣ ਤੋਂ ਬਾਅਦ, ਅਤੇ ਅੱਜ ਮੈਂ ਬੈਂਕਿੰਗ ਲਾਈਨ 'ਚ ਬਹੁਤ ਅੱਛੀ ਪੋਜੀਸ਼ਨ 'ਤੇ ਬੈਠੀ ਹੁੰਦੀ ਅਗਰ ਇਹਨਾਂ ਨੇ ਮੇਰੀ ਜੋਬ ਨਾ ਛੁਡਵਾਈ ਹੁੰਦੀ, ਇਹ ਬੰਦੇ ਨੇ ਇਹ ਬੰਦਾ ਬੈਠਾ ਇਹ ਬੰਦਾ, ਲੇਕਿਨ ਚਲੋ ਕਹਿੰਦੇ ਜੋ ਹੁੰਦਾ ਅੱਛੇ ਲਈ ਹੁੰਦਾ, ਅਤੇ ਮੈਂ ਕਿਹਾ ਚਲੋ ਹੁਣ ਅਰਨਾਜ਼ ਵੀ ਹੋ ਗਈ, ਅਰਨਾਜ਼ 3 ਸਾਲ ਦੀ ਵੀ ਹੋ ਗਈ ਹੈ ਨਾ, ਆਰਾਮ ਨਾਲ ਮੰਮੀ ਕੋਲ ਘਰ ਰਹਿ ਲੈਂਦੇ ਆ, ਕੋਈ ਦਿੱਕਤ ਨਹੀਂ ਹੁੰਦੀ, ਸੋ ਮੈਨੂੰ ਸੀਗਾ ਕਿ ਹਾਂ ਮੈਂ ਕਰਨੀ ਆ, ਮਤਲਬ ਐਸੀ ਕੋਈ ਇੰਨੀ ਨੀਡ ਨਹੀਂ ਆ ਜੋਬ ਦੀ, ਬਟ ਮੇਰਾ ਮਨ ਸੀਗਾ ਕਿ ਮੈਂ ਕਰਨੀ ਹੈ। ਮੈਂ ਥੋੜ੍ਹੀ ਸੈਲਰੀ 'ਚ ਵੀ ਇਸ ਕਰਕੇ ਜੋਬ ਕਰਨੀ ਸਟਾਰਟ ਕੀਤੀ ਕਿਉਂਕਿ ਮੈਂ ਇੱਕ ਵਾਰੀ ਦੁਬਾਰਾ ਤੋਂ ਸਟਾਰਟ ਕਰਨਾ ਚਾਹੁੰਦੀ ਹਾਂ, ਤੁਸੀਂ ਕਹਿ ਸਕਦੇ ਇੱਕ ਵਾਰ ਇੱਕ ਤਰ੍ਹਾਂ ਤੋਂ ਨਵੀਂ ਸਟਾਰਟਿੰਗ ਹੈਗੀ ਆ ਮੇਰੀ, ਹੈ ਨਾ, ਕਿ ਮੈਂ ਇੱਕ ਵਾਰੀ ਕਿਸੇ ਤਰ੍ਹਾਂ ਐਂਟਰ ਹੋ ਜਾਵਾਂ, ਉਸ ਤੋਂ ਬਾਅਦ ਬੰਦਾ ਹੌਲੀ 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 ਅੱਗੇ ਵੱਧਦਾ ਜਾਂਦਾ, ਸੋ ਬਸ ਇਸ ਕਰਕੇ। ਬਾਕੀ ਸੈਲਰੀ ਬਹੁਤ ਥੋੜ੍ਹੀ ਹੈ ਯਾਰ, ਇੰਨੀ ਜ਼ਿਆਦਾ ਸੈਲਰੀ ਹੈ ਨਹੀਂ ਕਿ ਮੈਂ ਦੱਸਾਂ ਤੁਹਾਨੂੰ ਸਾਰਿਆਂ ਨੂੰ, ਜਦੋਂ ਮੇਰੀ ਸੈਲਰੀ ਬਹੁਤ ਜ਼ਿਆਦਾ ਹੋ ਜਾਊਗੀ ਨਾ ਫਿਰ ਮੈਂ ਜ਼ਰੂਰ ਦੱਸੂਗੀ,
ਕਿ ਮੇਰੀ ਮੰਥ ਦੀ ਇੰਨੀ ਸੈਲਰੀ ਹੈ, ਜਦੋਂ ਮੈਂ ਅੱਗੇ ਅੱਗੇ ਗਰੋ ਕਰਦੀ ਗਈ ਉਹਨੂੰ ਹਜੇ ਬਹੁਤ ਟਾਈਮ ਲੱਗਣਾ ਹੈ ਨਾ, ਫਿਰ ਉਦੋਂ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ, ਬਟ ਹਜੇ ਫਿਲਹਾਲ ਬਹੁਤ ਥੋੜ੍ਹੀ ਜਿਹੀ ਹੈ ਯਾਰ, ਬਸ ਕੁਸ਼ਚਨ ਪੁੱਛੋ, ਬਸ ਰਹਿਣ ਦਿਓ, ਛੇੜੋ ਨਾ ਦਰਦਾਂ ਨੂੰ, ਸਾਥੋਂ ਦਰਦ ਸੁਣਾਇਆ ਨਹੀਂ ਜਾਣਾ, ਬਸ ਠੀਕ ਠੀਕ ਹੈ। ਹੋਰ ਸਰਦਿਆਰ ਜੀ ਸੋਏਗੀ, ਗੈਪ ਹੋ ਜਾਏਗਾ ਸਰਦਿਆਰ ਜੀ ਤੋਂ, ਸਰਦਿਆਰ ਜੀ ਕੀ ਸਰਦਿਆਰਨੀ ਜੀ ਵੀ ਸੋਏਗੀ। ਅਤੇ ਅੱਜ ਆਪਾਂ ਅਚਾਨਕ ਸਾਡਾ ਪਲਾਨ ਬਣ ਗਿਆ ਈਸਟਵੁੱਡ ਵਿਲੇਜ ਜਾਣ ਦਾ, ਉਸ ਤੋਂ ਪਹਿਲੇ ਕੀ ਹੋਇਆ ਸਭ ਤੁਹਾਨੂੰ ਆਉਣ ਵਾਲੇ ਵਲੋਗਸ 'ਚ ਦੇਖਣ ਨੂੰ ਮਿਲੂਗਾ। ਵੇਟ ਕਰੋ, ਤੁਹਾਡੇ ਲਈ ਕੁਛ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ, ਠੀਕ ਹੈ, ਉਹਦੇ ਲਈ ਤੁਹਾਨੂੰ ਥੋੜ੍ਹੇ ਦਿਨਾਂ ਦੀ ਵੇਟ ਕਰਨੀ ਪਊਗੀ, ਅਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ, ਸ਼ੇਅਰ ਕਰਾਂਗੇ ਤੁਹਾਡੇ ਨਾਲ, ਵਲੋਗ ਪਾਵਾਂਗੇ ਇੱਦਾਂ ਕਰਕੇ ਪਾਵਾਂਗੇ ਮਤਲਬ ਪਿਆਰ ਨਾਲ। ਅਤੇ ਬਸ ਇੰਨਾ ਕੁ ਹੀ ਸੀਗਾ, ਬਾਕੀ ਕੀ ਕਹਿੰਦੇ ਆ, ਅੱਜ ਤੁਹਾਨੂੰ ਪਤਾ ਗਾਜਰ ਦਾ ਹਲਵਾ ਪਾਪਾ ਨੇ ਬਣਾਇਆ ਹੈ, ਗਾਜਰ ਦਾ ਹਲਵਾ ਪਾਪਾ ਨੇ ਬਣਾਇਆ, ਮੰਮੀ ਦੱਸਦੀ ਕਿ ਪਾਪਾ ਨੇ ਬਣਾ ਦਿੱਤਾ, ਮੈਂ ਗਈ ਨਾ ਤਾਂ ਮੰਮੀ ਮੈਨੂੰ ਕਹਿੰਦੇ ਸੀ ਗਾਜਰਾ ਦੇਖ ਕੇ ਜਾਈ, ਮੈਂ ਕੱਦੂਕਸ ਕਰ ਦੂੰਗੀ, ਅਤੇ ਜਦੋਂ ਮੈਂ ਆਈ ਨਾ ਮੈਂ ਦੇਖਿਆ ਗਜਰੇਲਾ ਬਣਿਆ ਵੀ ਹੋਇਆ ਪਾਪਾ ਨੇ ਬਣਾ ਦਿੱਤਾ, ਮੈਂ ਨਹੀਂ ਖਾਧਾ, ਕੱਲ੍ਹ ਖਾਵਾਂਗੇ, ਪਾਪਾ ਨੇ ਬਣਾਇਆ। ਅਤੇ ਬਸ ਅੱਧੇ ਕੰਮ ਹੋਰ ਨਿਪਟ ਗਏ ਨੇ, ਆਲੂ ਚੰਗੇ ਪਲੇ ਉਬਾਲੇ ਸੀਗੇ, ਆਲੂਆਂ ਅੱਜ ਬਣਾਉਣ ਦੀ ਮੂਰਤ ਹੀ ਨਹੀਂ ਨਿਕਲਿਆ ਆਲੂ ਵਾਲੀ ਰੋਟੀ ਬਣਾਉਣ ਦਾ, ਮੈਨੂੰ ਲੱਗਦਾ ਕੱਲ੍ਹ ਆਪਾਂ ਡਿਨਰ 'ਚ ਆਲੂ ਵਾਲੇ ਪਰੌਂਠੇ ਖਾਵਾਂਗੇ, ਕੱਲ੍ਹ ਮਤਲਬ ਜਿਸ ਦਿਨ ਤੁਸੀਂ ਇਹ ਵਲੋਗ ਦੇਖ ਰਹੇ ਹੋ ਉਸ ਦਿਨ ਸ਼ਾਇਦ ਰਾਤੀ ਡਿਨਰ 'ਚ ਆਪਾਂ ਆਲੂ ਵਾਲੇ ਪਰੌਂਠੇ ਬਣਾਈਏ, ਕਿਉਂਕਿ ਕਿਲੋ ਆਲੂ ਵੇਸਟ ਥੋੜ੍ਹੀ ਕਰਨਾ, ਹੁਣ ਮੈਂ ਉਹ ਫਰਿੱਜ 'ਚ ਰੱਖ ਕੇ ਆਈ ਹਾਂ, ਅਤੇ ਸਵੇਰੇ ਤਾਂ ਬਣ ਨਹੀਂ ਸਕਦੇ, ਦੁਪਹਿਰੇ ਵੀ ਨਹੀਂ ਬਣ ਸਕਦੇ, ਜੇ ਮੰਮੀ ਠੀਕ ਹੁੰਦੇ ਤਾਂ ਮੰਮੀ ਨੇ ਬਣਾ ਲੈਣੇ ਸੀ, ਬਟ ਨਹੀਂ ਹੋ ਸਕਦਾ, ਸੋ ਹੋਪ ਸੋ ਕੱਲ੍ਹ ਦਾ ਸਾਡਾ ਡਿਨਰ ਜੋ ਹੈ ਆਲੂ ਵਾਲੇ ਪਰੌਂਠੇ ਹੋਏਗਾ। ਅਤੇ ਚਲੋ ਹੁਣ ਆਪਾਂ ਇੱਥੇ ਹੀ ਕਰਦੇ ਹਾਂ, ਟਾਟਾ ਬਾਏ ਬਾਏ, ਐਂਡ ਕਰਦੇ ਹਾਂ ਵਲੋਗ ਦਾ, ਤੁਸੀਂ ਸਾਰੇ ਢੇਰ ਸਾਰਾ ਪਿਆਰ ਦਿਖਾਇਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ, ਇੰਸਟਾ 'ਤੇ ਸਾਨੂੰ ਫੋਲੋ ਕਰਿਓ, ਮਿਲਦੇ ਤੁਹਾਨੂੰ ਕੱਲ੍ਹ ਇੱਕ ਹੋਰ ਵਧੀਆ ਜਿਹੇ ਵਲੋਗ ਦੇ ਨਾਲ, ਬਾਏ ਬਾਏ।